Welcome to our YouTube channel. Today we will shoot the videos about modified Brezza. अज आपां वीडियो करने जा रहे हैं शूट Brezza की जो फुली मॉडिफाइड है विद 18 इंचज अलाइज ने LED है HID है तो अंडर शीट कवर्स समथिंग एसेसरी फिट की हुई है तो समथिंग लाइक 15 इंचज का सबवूफर लगा हुआ ये किकर का तो नाल नाल आपां गल करांगे की मॉडिफिकेशन वीर ने करवा रखी है तो गल करांगे जो गड्डी दे ओनर ने हैलो वीर हाँ जी सर जिदा कि थोड़ी मॉडिफाइड Brezza गड्डी है किन्ना मॉडल है गड्डी का पहला 2019 मॉडल है तो सर सानू दसो शुरुआत कितों करांगे आपां क्योंकि थोड़ी गड्डी है कोई टोटली मॉडिफिकेशन करवा रखी है शुरुआत करदे आपां अलॉयज व्हील तो किन्ने इंच अलॉयज व्हील तुसीं मैं ऑलरेडी दस चुके हां कितों पाए सी किन्नी कॉस्ट आ गई सी थोड़ी ए वीरे 18 इंच ही लाए ने ओके ए मैं लुधियाणे पाए सी मोंगा वालेयां ओके ओके इन्हां ने मोंगा वालेयां तो 18 इंच अलॉयज पाए ने प्लाटी दा अलॉयज आ तुसीं देख सकदे हो 18 इंच ते गल करांगे कॉस्ट दी सर किन्नी कॉस्ट रह गई सी की टोटल सेटअप दी मैं दो बार बदलाए सी ओके ते मेनू 81000 ਦੇ ਪੈ ਗਏ ਸੀ 81000 ਦੇ ਜੋ ਪ੍ਰੈਜ਼ੈਂਟ ਸੈਟਅਪ ਆ ਤੁਹਾਡਾ 81000 ਦਾ 81000 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ 18 ਇੰਚਸ ਅਲਾਏ ਪਾਏ ਨੇ Brezza ਦੇ ਵਿੱਚ ਬਹੁਤ ਜ਼ਿਆਦਾ ਸਰ ਤੁਹਾਨੂੰ ਗੱਡੀ ਚਲਾਉਣ ਦੇ ਵਿੱਚ ਕੋਈ ਲਾਈਕ ਦਿੱਕਤ ਤਾਂ ਨਹੀਂ ਆਉਂਦੀ ਸਸਪੈਂਸ਼ਨ ਵਗੈਰਾ ਦੀ ਜਾਂ ਪੂਰੀ ਕੰਫਰਟ ਹੋ ਕੇ ਚੱਲਦੀ ਆ ਮਤਲਬ ਕਿ ਜਿੰਨਾ ਯੰਗਸਟਰ ਕੋਲੇ ਗੱਡੀ Brezza ਤੁਸੀਂ ਉਹਨਾਂ ਨੂੰ ਸੁਜੈਸਟ ਕਰੋਗੇ 18 ਇੰਚਸ ਦੇ ਨਾਲ ਤੁਹਾਡੀ ਜਿਹੜੀ ਗੱਡੀ ਆ ਪੂਰੀ ਕੰਫਰਟ ਹੋ ਕੇ ਚੱਲਦੀ ਆ ਓਕੇ ਐਸ ਲਾਈਕ ਓਰੀਜਨਲ ਫੀਲਿੰਗ ਮਤਲਬ ਕਹਿ ਸਕਦੇ ਆਪਾਂ ਹਨਾ ਜਾਨੀ ਓਰੀਜਨਲ ਆ ਉਹ ਵਧੀਆ ਵੀਰੇ ਜੰਮ ਕੇ ਚੱਲਦੀ ਆ ਓਕੇ ਮਤਲਬ ਕਿ ਗੱਡੀ ਆ ਰੋਡ ਤੇ ਪੂਰੀ ਜੰਮ ਕੇ ਤੁਰਦੀ ਆ ਤੁਹਾਡਾ ਕਹਿਣਾ ਓਕੇ ਸੋ ਹੋਰ ਤੁਸੀਂ ਇਹਦੇ ਵਿੱਚ ਕੀ ਕਰਵਾ ਰੱਖਿਆ ਸਰ ਸਾਨੂੰ ਡੀਪਲੀ ਦੱਸੋ ਗੱਡੀ ਦੇ ਨੇੜੇ ਜਾ ਕੇ ਵੀ ਤੁਸੀਂ ਆ ਇੰਸਟਾਲ ਕਰਵਾਇਆ ਜਿੱਦਾਂ ਕਿ ਮੈਂ ਆਲਰੇਡੀ ਚੈੱਕ ਕੀਤਾ ਹੈ ਪਹਿਲਾਂ ਜਿਵੇਂ ਤੁਹਾਡੀ Brezza ਦੀ ਪੈਨਲ ਲੱਗੀ ਹੈ ਤੁਹਾਨੂੰ ਓਵਰਲੁੱਕ ਦਵਾਂਗੇ ਉਹਦੀ ਫਸਟ ਫਿਰ ਆਪਾਂ ਗੱਲ ਕਰਾਂਗੇ ਵੀਰ ਨਾਲ ਤੁਸੀਂ ਦੇਖ ਸਕਦੇ ਹੋ ਓਪਨ ਹੋਏ ਤੇ ਜੋ Brezza ਦੀ ਲਾਈਟਿੰਗ ਆ ਉਹ ਚੱਲਦੀ ਆ ਬੈਕ ਸਾਈਡ ਤੇ ਵੀ ਸਰ ਇਹ ਕਿੱਥੋਂ ਲਵਾਈਆਂ ਸੀ ਤੁਸੀਂ ਜੋ Brezza ਦੀਆਂ ਜੋ ਡੋਜ਼ ਦੀਆਂ ਬੱਤੀਆਂ ਲੱਗੀਆਂ ਹੋਈਆਂ ਨੇ ਤੇ ਵੀਰੇ ਮੈਂ ਕਾਰੋਬਾਰ ਵਾਲੇ ਤੋਂ ਲਵਾਈਆਂ ਸੀ ਕਾਰੋਬਾਰ ਲੁਧਿਆਣਾ ਠੀਕ ਹੈ ਕਿੰਨੀ ਕੋਸਟ ਆ ਗਈ ਸੀ ਤੁਹਾਡੀ ਇਹ ਵੀਰੇ ਆ ਲੈਟਾਂ ਸੀਗੀਆਂ ਮੈਟ ਸੀਗੇ ਇਹਦੇ ਤੇ ਹੋਰ ਪਿੱਛੇ ਰਿਫਲੈਕਟਰ ਟਾਇਰਾਂ ਦੇ ਵਿੱਚ ਲੈਟਾਂ ਸਾਰਿਆ ਕੁਛ ਮੈਨੂੰ 20000 ਦਾ ਪੈ ਗਿਆ ਸੀ ਓਕੇ 20000 ਦਾ ਟੋਟਲ ਸੈਟਅਪ ਆ ਜਿੱਦਾਂ ਇਹਨਾਂ ਨੇ ਦੱਸਿਆ ਵਿੱਚ ਇਹਨਾਂ ਨੇ 70 ਮੈਟ ਲਗਾਏ ਨੇ ਉਹਨਾਂ ਦੀ ਵੀ ਆਪਾਂ ਓਵਰਲੁੱਕ ਦਵਾਂਗੇ ਟਾਇਰਸ ਦੇ ਵਿੱਚ ਲਾਈਟਸ ਲਗਵਾਈਆਂ ਨੇ ਉਹ ਵੀ ਦਵਾਂਗੇ ਰਿਫਲੈਕਟਰਸ ਵਗੈਰਾ ਲਗਵਾਏ ਨੇ ਉਹ ਵੀ ਦਵਾਂਗੇ ਤੁਸੀਂ ਦੇਖ ਸਕਦੇ ਹੋ 70 ਮੈਟ ਬਹੁਤ ਅੱਛੀ ਫਿਨਿਸ਼ਿੰਗ ਦੇ ਨਾਲ ਤੇ ਸ਼ੀਟ ਕਵਰ ਵੀ ਜੋ ਸ਼ੀਟ ਕਵਰ ਹੈਗੇ ਇੰਸਟਾਲ ਕਰਵਾ ਰੱਖਿਆ ਇਹਨਾਂ ਨੇ ਸਰ ਸ਼ੀਟ ਕਵਰ ਤੁਸੀਂ ਓਰੀਜਨਲ Brezza ਦੇ ਨੇ ਜਾਂ ਤੁਸੀਂ ਆਫਟਰ ਮਾਰਕੀਟ ਪਵਾਏ ਨੇ ਦੇ ਵਿੱਚ ਨਹੀਂ ਵੀਰੇ ਓਰੀਜਨਲ ਕੰਪਨੀ ਚੋਂ ਹੀ ਪਵਾਏ ਨੇ ਅੱਛਾ ਕੰਪਨੀ ਫਿਟਡ ਸ਼ੀਟ ਕਵਰ ਨੇ ਤੁਹਾਨੂੰ ਇੱਕ ਓਵਰਲੁੱਕ ਦਵਾਂਗੇ ਜੋ ਕੰਪਨੀ ਫਿਟਡ ਫਿਟਮੈਂਟ ਬਹੁਤ ਜ਼ਿਆਦਾ ਵਧੀਆ ਹੀ ਹੋਈ ਆ ਤੇ ਬਾਅਦ ਵਿੱਚ ਗੱਲ ਕਰਾਂਗੇ ਐਨਦਰ ਅਸੈਸਰੀ ਜੋ ਇਹਨਾਂ ਨੇ ਇੰਸਟਾਲ ਕਰਵਾ ਕੇ ਰੱਖੀ ਆ Brezza ਦੇ ਵਿੱਚ ਲਾਈਕ ਮਿਊਜ਼ਿਕ ਸਿਸਟਮ ਆ ਜਿਹੜਾ ਇਹਨਾਂ ਦਾ ਕਾਫੀ ਹਾਈ ਪੰਚ ਦੇ ਵਿੱਚ ਮਿਊਜ਼ਿਕ ਲਗਵਾ ਰੱਖਿਆ ਹੋਰ ਸਰ ਤੁਸੀਂ ਇਸ ਚੀਜ਼ ਤੋਂ ਬਿਨਾ ਲਾਈਟਿੰਗ ਦੇ ਵਿੱਚ ਕੁਝ ਬੈਕ ਤੇ ਕੁਝ ਮੋਡੀਫਿਕੇਸ਼ਨ ਕਰਵਾ ਰੱਖੀ ਆ ਜਾਂ ਨਾਰਮਲ ਓਰੀਜਨਲ ਕੰਪਨੀ ਫਿਟਡ ਹੀ ਆ ਬੈਕ ਤੇ ਓਰੀਜਨਲ ਕੰਪਨੀ ਫਿਟਡ ਹੀ ਆ ਵੀਰੇ ਠੀਕ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਫਿਟਮੈਂਟ ਆ ਬੈਕ ਸਾਈਡ ਵਾਲੀ ਬਿਲਕੁਲ ਓਰੀਜਨਲ ਆ ਸਰ ਜੋ ਡਿਫਿਊਜ਼ਰ ਹੈ ਆਫਟਰ ਮਾਰਕੀਟ ਜੇ ਕੰਪਨੀ ਫਿਟਡ ਹੀ ਹੈ ਸਾਰੀ ਐਕਸੈਸਰੀ ਵੀਰੇ ਕੰਪਨੀ ਫਿਟਡ ਹੈ ਓਕੇ ਕੰਪਨੀ ਫਿਟਡ ਐਕਸੈਸਰੀ ਹੈ ਜੋ ਵੀ ਹੈ ਟੋਟਲ ਤੇ Brezza ਦੀ ਆਪਾਂ ਅੱਜ ਵੀਡੀਓ ਸ਼ੂਟ ਕਰਦੇ ਆ ਤੇ ਨਾਲ ਨਾਲ ਆਪਾਂ ਵੀਰ ਨੂੰ ਪੁੱਛਦੇ ਜਾਵਾਂਗੇ ਕੀ ਕੋਸਟ ਸਰ ਜਿੱਦਾਂ ਤੁਸੀਂ ਦੱਸਿਆ ਕਿ ਕਿੰਨੀ ਕੋਸਟ ਰਹਿ ਗਈ ਸੀਗੀ ਤੁਹਾਡੀ ਜੋ ਰਿਫਲੈਕਟਰਸ ਆ ਜੇ ਕੋਈ ਕਸਟਮਰ ਨਹੀਂ ਚਾਹੁੰਦਾ ਹੈਗਾ ਕਿ ਅਸੀਂ ਸਿਰਫ ਇੰਨੀ ਚੀਜ਼ ਆ ਪਾਉਣੀ ਹੈ ਤੁਸੀਂ ਦੱਸ ਸਕਦੇ ਹੋ ਕਿ ਰਿਫਲੈਕਟਰ ਤੁਹਾਨੂੰ ਕਿੰਨੀ ਕੋਸਟ ਦੇ ਪਏ ਸੀਗੇ ਇਹ ਵੀਰੇ 1500-1500 ਦੇ ਸੀਗੇ 1500-1500 ਨੀਅਰਲੀ ਮਤਲਬ ਕਿ ਜੋ ਟਾਇਰਸ ਦੇ ਵਿੱਚ ਲਾਈਟ ਅੱਜਕੱਲ ਟ੍ਰੈਂਡਿੰਗ ਹੈ ਇਹ ਕਿੰਨੇ ਰੁਪਏ ਦੇ ਪਈਆਂ ਸੀ ਇਹ ਮੈਨੂੰ ਵੀਰੇ 2000 2000 ਦੇ ਵਿੱਚ ਇਹਨਾਂ ਦੇ ਟਾਇਰਸ ਲਾਈਟਸ ਨੇ ਤੇ ਉਹ ਪਈਆਂ ਨੇ ਤੇ ਅੱਗੇ ਆਪਾਂ ਗੱਲ ਕਰਾਂਗੇ ਜੋ ਸਾਊਂਡ ਦੇ ਵਿੱਚ ਇਹਨਾਂ ਨੇ ਲਗਵਾ ਰੱਖਿਆ ਪੁੱਛਾਂਗੇ ਵੀ ਕੀ ਲਗਵਾ ਰੱਖਿਆ ਬ੍ਰਦਰ ਸਾਨੂੰ ਦੱਸੋਗੇ ਇੱਕ ਵਾਰੀ ਬੈਟਰ ਡਿਟੇਲ ਦੇ ਵਿੱਚ ਕਿ ਤੁਸੀਂ ਸਾਊਂਡ ਦੇ ਵਿੱਚ ਕੀ ਇੰਸਟਾਲ ਕਰਵਾ ਰੱਖਿਆ ਸਾਊਂਡ ਦੇ ਵਿੱਚ ਵੀਰੇ ਕਿੱਕਰ ਦਾ 15 ਇੰਚੀ ਬੂਫਰ ਆ ਠੀਕ ਹੈ ਤੇ Brezza ਦਾ ਮੋਨੋ ਐਂਪ ਆ ਓਕੇ ਤੇ ਆਪਣੇ ਬਲੌਪੰਕ ਦੇ ਕੰਪੋਨੈਂਟ ਹੋ ਬਲੌਪੰਕ ਦੇ ਕੰਪੋਨੈਂਟ ਨੇ ਕਿ ਮਤਲਬ ਕਿ ਆਵਾਜ਼ ਜਿਹੜੀ ਬਹੁਤ ਔਸਮ ਆਉਣ ਵਾਲੀ ਆ ਆਪਾਂ ਹੁਣੀ ਸੁਣਾਂਗੇ NCS ਦਾ 뮤직 ਲਾ ਕੇ ਉਦੋਂ ਤੱਕ ਤੁਹਾਨੂੰ ਅਸੀਂ ਇੱਕ ਓਵਰਲੁੱਕ ਜ਼ਰੂਰ ਦਵਾਂਗੇ ਜੋ ਕਿੱਕਰ ਦਾ 15 ਇੰਚਸ ਬੂਫਰ ਲੱਗਾ ਹੋਇਆ ਤੇ Brezza ਦਾ ਐਂਪਲੀਫਾਇਰ ਲੱਗਾ ਹੋਇਆ ਅਸੀਂ ਉਹ ਸੀਟ ਦੇ ਅੰਦਰ ਆ ਤੁਹਾਨੂੰ ਪਤਾ ਹੈ ਕਿ ਸੀਟ ਦੇ ਨੀਚੇ ਆ ਉਹ ਮੋਸਟਲੀ ਸੀਟ ਦੇ ਨੀਚੇ ਹੀ ਸੈਟਅਪ ਹੁੰਦਾ ਆ ਤੇ ਬਾਅਦ ਵਿੱਚ ਤੁਹਾਨੂੰ NCS ਦੇ 뮤직 ਦੇ ਨਾਲ ਅਸੀਂ ਆਊਟਪੁੱਟ ਜ਼ਰੂਰ ਦਵਾਂਗੇ ਵਿਦ 70 ਮੈਟਸ ਵੀ ਨੇ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਕਿ 20000 ਦੀ ਐਕਸੈਸਰੀ ਸੀ ਜਿਹੜੀ ਇਹਨਾਂ ਨੇ ਇੰਸਟਾਲ ਕਰਵਾ ਰੱਖੀ ਆ ਤੇ ਹੁਣ ਆਪਾਂ ਵੀਡੀਓ ਨੂੰ ਚੱਲਦੇ ਆਪਾਂ NCS ਦਾ 뮤직 ਲਾ ਕੇ ਸੁਣਦੇ ਆ ਕਿ ਆ ਸਾਡਾ ਪੰਜਾਬੀ ਦਾ ਜੇ ਤੁਸੀਂ ਸੌਂਗ ਸੁਣਨਾ ਚਾਹੁੰਦੇ ਹੋ ਤਾਂ ਮਾਨ ਅੰਡਰਸਕੋਰ ਕ੍ਰੀਏਟਰਸ ਤੇ ਆ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦਵਾਂਗੇ ਫਲੈਸ਼ ਵੀ ਕਰਾਂਗੇ ਵੀਰ ਦੀ ID ਵੀ ਫਲੈਸ਼ ਕਰਾਂਗੇ ਇਹਨਾਂ ਨੂੰ ਵੀ ਇੰਸਟਾਗ੍ਰਾਮ ਤੇ ਫੋਲੋ ਕਰੋ ਤੇ ਆਜੋ ਆਪਾਂ ਹੁਣ NCS ਦਾ 뮤직 ਲਾ ਕੇ ਸੁਣਦੇ ਆ trying to burrow pressure turning
girl. Lessons that I learned weren't always thorough. Sugar-coated like a churl. Now I'm really out here on my own. Now my homies acting like I owe them. Done extending out my arm. Made a lot of money from my poems. Been around and now they say I'm on. I can finally say I'm up now. I'm up now. 20,000 on a bus down. A bus down. I'm on my way. I'm going up now. ਆਪਾਂ NCS ਦਾ ਮਿਊਜ਼ਿਕ ਲਾ ਕੇ ਸੁਣਿਆ ਅਤੇ ਪੰਜਾਬੀ ਅਸੀਂ ਆਪਣੇ ਇੰਸਟਾਗ੍ਰਾਮ ਪੇਜ ਦੇ ਉੱਤੇ ਅਪਲੋਡ ਕਰਾਂਗੇ, ਜ਼ਰੂਰ ਸੁਣ ਕੇ ਕਮੈਂਟ ਕਰਿਓ, DM ਕਰਿਓ ਫੋਰ ਇਨਫੋਰਮੇਸ਼ਨ ਦੇ ਲਈ। ਸਾਡੇ ਤੋਂ ਇੱਕ ਚੱਲਦੇ ਚੱਲਦੇ ਵੀਡੀਓਜ਼ ਦੇ ਵਿੱਚ ਪਾਰਟ ਮਿਸ ਹੋ ਗਿਆ ਸੀਗਾ ਜੋ ਸੀ HID ਅਤੇ LED ਦਾ। ਹਾਂਜੀ ਵੀਰੇ ਦੱਸੋ, ਤੁਸੀਂ ਉੱਪਰ HID ਪਾਈ ਹੋਈ ਜਾਂ ਨੀਚੇ HID ਪਾਈ ਹੋਈ? HID ਹੈ ਵੀਰੇ। ਓਕੇ, ਨੀਚੇ HID ਆ, ਤੁਸੀਂ ਦੇਖ ਸਕਦੇ ਹੋ ਫੋਗ ਲੈਂਪ ਦੇ ਵਿੱਚ ਨੀਚੇ HID ਪਾਈ ਹੋਈ ਹੈ ਇਹਨਾਂ ਨੇ। ਅਤੇ ਉੱਪਰ ਸਰ ਤੁਸੀਂ ਕੀ ਪਵਾ ਕੇ ਰੱਖਿਆ? LED। ਅਤੇ ਟੋਟਲ ਸੈਟਅਪ ਦਾ ਕਿੰਨਾ ਖਰਚਾ ਆ ਗਿਆ ਸੀ LED ਪਲੱਸ HID? ਇਹ ਵੀਰੇ ਟੋਟਲ ਸੈਟਅਪ 8,000 ਦਾ ਹੋ ਗਿਆ। ਸਰ ਇਹ ਅੰਡਰ ਵਾਰੰਟੀ ਹੈ ਜਾਂ ਆਫਟਰ ਮਾਰਕੀਟ ਵਾਰੰਟੀ? ਅੰਡਰ ਵਾਰੰਟੀ, 1 year ਦੀ। ਓਕੇ, ਜਿੱਦਾਂ ਕਿ ਇਹਨਾਂ ਨੇ ਦੱਸਿਆ HID ਅਤੇ LED ਆ ਜੋ ਅੰਡਰ ਵਾਰੰਟੀ ਆ, ਨੀਅਰਲੀ 8,000 ਦੇ ਵਿੱਚ ਇਹਨਾਂ ਦਾ ਜੋ ਖਰਚਾ ਸੀ ਟੋਟਲ ਆਇਆ ਸੀਗਾ। ਅਤੇ ਗੱਡੀ ਦੀ ਲੁੱਕ ਤੁਹਾਨੂੰ ਆਲਰੇਡੀ ਅਸੀਂ ਦੱਸ ਚੁੱਕੇ ਹਾਂ, ਬਹੁਤ ਜ਼ਿਆਦਾ ਵਧੀਆ। ਅਤੇ ਵੀਡੀਓ ਲੱਗੇ ਆਪਾਂ ਖਤਮ ਕਰਨ, ਵੀਡੀਓ ਨੂੰ ਚੱਲਦੇ ਚੱਲਦੇ ਲਾਈਕ ਸ਼ੇਅਰ ਕਮੈਂਟ ਕਰਿਓ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।